ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਹੈਪੀ ਸੀਡਰ ਵਾਲੀ ਜਿਹੜੀ ਇਸ ਵਾਰ ਤੇ ਸਾਰਾ ਹੀ ਹੈਪੀ ਸੀਡਰ ਸੀ ਮੇਰੇ ਕੋਲ ਆਹ ਦੇਖ ਸਕਦੇ ਹੋ ਤੁਸੀਂ ਕਣਕ ਇਹ ਤਕਰੀਬਨ ਅੱਜ 35 36 ਦਿਨਾਂ ਦੀ ਹੋ ਗਈ ਹੈ ਜੀ ਅੱਜ ਪਹਿਲਾ ਪਾਣੀ ਇਹਨੂੰ ਲੱਗਾ ਜੀ ਬਹੁਤ ਹੀ ਸੋਹਣੀ ਜਰਮੀਨੇਸ਼ਨ ਪਰਮਾਤਮਾ ਨੇ ਕਿਰਪਾ ਕੀਤੀ ਇਸ ਵਾਰ ਕਣਕਾਂ ਦੀ ਤਕਰੀਬਨ ਸਾਰੀਆਂ ਹੀ ਕਣਕਾਂ ਸੋਹਣੀਆਂ ਹੋ ਗਈਆਂ ਨੇ ਕੁਝ ਕੁ ਜਗ੍ਹਾ ਤੇ ਪ੍ਰੋਬਲਮ ਆਈ ਹੈ ਜਿਹੜੇ ਬਾਅਦ ਚ ਬਾਰਿਸ਼ ਨਾਲ ਪਟ ਜਿਹੜੀ ਹੈਪੀ ਸੀਡਰ ਵਾਲੀ ਕਣਕ ਹੈ ਨਾ ਜੀ ਖੇਤ ਚ ਥੋੜਾ ਜਿਹਾ ਵੱਤਰ ਤੇ ਜ਼ਿਆਦਾ ਮੰਗਦੀ ਹੈ ਪਰ ਇਹਦਾ ਜਰਮੀਨੇਸ਼ਨ ਤੋਂ ਬਾਅਦ ਜਿਹੜਾ ਆਪਾਂ ਜਲਦੀ ਪਾਣੀ ਲਗਾ ਦਿੰਨੇ ਆ ਨਾ ਦੂਸਰੀਆਂ ਕਣਕਾਂ ਚ 35-40 ਦਿਨ ਤੱਕ ਪਾਣੀ ਨਹੀਂ ਮੰਗਦੀ ਕਿਉਂਕਿ ਥੱਲੇ ਗਿਲ ਰਹਿੰਦੀ ਹੈ ਨਾ ਉਹਦੇ ਨਾਲ ਆਟੋਮੈਟਿਕਲੀ ਬੁੱਟਾ ਇਨੀ ਜ਼ਿਆਦੀ ਗ੍ਰੋਥ ਕਰਦਾ ਹੈ ਨਾ ਟੈਲਰਸ ਕਰਦਾ ਹੈ ਕਿ ਸਾਨੂੰ ਫੀਲ ਹੀ ਨਹੀਂ ਹੁੰਦਾ ਕਿ ਸੀ ਜਲਦੀ ਪਾਣੀ ਲਗਾਈਏ ਨਾ ਇੰਨੇ ਹੀ ਹੋ ਰਹੀਆਂ ਮੰਗਣਾ ਰੰਗ ਤੇ ਨੇ ਤੋੜਨਾ ਹੀ ਨਹੀਂ ਭਾਵੇਂ ਤੁਸੀਂ ਯੂਰੀਆ 40 ਦਿਨ 50 ਦਿਨ ਤੇ ਲੈ ਚੋ ਇਹਦਾ ਸੋ ਇਹ ਤਰੀਕਾ ਸਾਨੂੰ ਥੋੜਾ ਪਨਾਣਾ ਚਾਹੀਦਾ ਕੁਛ ਕਰਕੇ ਦੇਖੋ ਜ਼ਰੂਰੀ ਨਹੀਂ ਕਿ ਸਾਰਾ ਕਰੋ ਹੌਲੀ ਹੌਲੀ ਬੰਦਾ ਹਰ ਇੱਕ ਤਰੀਕੇ ਚ ਪਰਫੈਕਟ ਹੁੰਦਾ ਥੋੜਾ ਥੋੜਾ ਕਰਕੇ ਤਜਰਬੇ ਵਾਇਸ ਕਰਕੇ ਆਪਾਂ ਦੇਖੀਏ ਤੇ ਇਲਾਹੇ ਬੰਦ ਹੋ ਸਕਤੇ ਮੇਰੀ ਤੁਸੀਂ ਦੇਖ ਸਕਦੇ ਹੋ ਸਾਰੀ ਹੀ ਹੈਪੀ ਸਿਡਰ ਇਧਰ ਵੀ ਉਧਰ ਵੀ ਤਕਰੀਬਨ 100 ਏਕੜ ਦਾ ਪਲਾਟ ਸਾਰਾ ਹੀ ਹੈਪੀ ਸਿਡਰ ਹੈ ਜੀ ਤੇ ਮਤਲਬ ਜਰਮੀਨੇਸ਼ਨ ਦੀ ਕਿਉਂਕਿ 50% ਕੰਮ ਸਾਡਾ ਜਰਮੀਨੇਸ਼ਨ ਚ ਖਤਮ ਹੋ ਜਾਂਦਾ ਹੈ ਜੇ ਆਪਣੀ ਜਰਮੀਨੇਸ਼ਨ ਵਧੀਆ ਹੋ ਜੇ ਤੇ ਅਸੀਂ ਕਹਿੰਨੇ ਆ ਕਿ ਸਾਡਾ 50% ਤੇ 80 ਅਸੀਂ ਅਚੀਵ ਕਰ ਲਿਆ। ਬਾਕੀ 50 ਅਸੀਂ ਆਪਣਾ ਖਾਦਾਂ ਪਾ ਕੇ ਤੇ ਕਣਕ ਦੀ ਗ੍ਰੋਥ ਕਰਾ ਕੇ ਕਰਾਣੇ ਆ। ਸੋ ਜਰਮੀਨੇਸ਼ਨ ਜਤੇ ਕਿਸੇ ਪਰਸੈਂਟ ਤੋਂ ਵੀ ਇਹ ਦੂਜੀ ਕਣਕ ਤੋਂ ਪਿੱਛੇ ਨਹੀਂ ਹੈਗੀ। ਜ਼ਿਆਦਾ ਜ਼ਰੂਰ ਹੋਏਗੀ। ਘਟ ਨਹੀਂ ਹੈਗੀ। ਤੇ ਟਿਲਰਸ ਤੁਸੀਂ ਦੇਖ ਸਕਦੇ ਹੋ ਗੁੱਛੇ ਦੇ ਗੁੱਛੇ ਨੇ ਬਣਾਏ ਨੇ ਡੀਬੀਡਬਲ ਆਪਣਾ 372 372 ਜਿਹੜੀ ਆਪਣੀ ਆਈਆਡਬੀਆਰ ਡੀਡਬਲ ਆਰ ਕਰਨਾਲ ਵਾਲਿਆਂ ਦੀ ਨਿਊ ਵੈਰਾਈਟੀ ਹੈ। ਉੱਤੇ 71 ਲੱਗੀ ਉਹ ਵਾਲੀ ਛੋਟੀ ਹੈ ਜੀ। ਇਹ ਬਹੁਤ ਹੀ ਸੋਹਣੀ ਗ੍ਰੋਥ ਕਰਨਗਦੀ ਦੇਖਿਆ ਮਤਲਬ ਇੱਕ ਸ਼ੋਅ ਵਾਲਾ ਪਲਾਟ ਹੈ ਸਾਡਾ ਬਾਕੀ ਅੱਗੇ ਦੇਖੋ ਪ੍ਰਮਾਤਮਾ ਕੀ ਕਰਦਾ ਹੁਣ ਤੱਕ ਬਹੁਤ ਹੀ ਵਧੀਆ ਇਹਨੇ ਸਾਨੂੰ ਰਿਸਪਾਂਸ ਦਿੱਤਾ ਜੀ ਧੰਨਵਾਦ ਵੀਰੋ